ਸੋ ਹੇ ਗਾਇਜ਼, ਵੈਲਕਮ ਬੈਕ ਟੂ ਅਵਰ ਚੈਨਲ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ। ਹਾਂਜੀ ਹਾਂਜੀ, ਮੈਂ ਬਹੁਤ ਵਧੀਆ, ਤੁਹਾਡੇ ਪਿਆਰ ਅਤੇ ਤੁਹਾਡੀ ਦੁਆ ਦੇ ਨਾਲ। ਸੋ ਗਾਇਜ਼, ਫਾਈਨਲੀ ਮੈਂ ਉੱਠ ਗਿਆ, ਰੈਡੀ ਵਗੈਰਾ ਵੀ ਹੋ ਗਿਆ, ਨਹਾ ਧੋ ਵੀ ਲਿਆ। ਹੁਣੇ ਆਪਾਂ ਹੋਟਲ ਗਏ ਸੀਗੇ, ਹੋਟਲ ਕਹਿੰਦਾ ਪਿਆ, ਰੈਸਟੋਰੈਂਟ ਗਏ ਸੀਗੇ, ਉੱਥੇ ਹੀ ਖਾਧਾ ਪੀਤਾ ਆਪਾਂ, ਅਤੇ ਥੋੜ੍ਹੀ ਜਿਹੀ ਬਿਰਿਆਨੀ ਐਕਸਟਰਾ ਮੰਗਾ ਲਈ ਸੀਗੀ ਆਪਾਂ, ਉਹ ਆਪਾਂ ਪੈਕ ਕਰਾ ਲਈ ਹੈ। ਅਤੇ ਸਾਡੀ ਐਕਟਿਵਾ ਗਾਇਜ਼, ਐਕਟਿਵਾ 'ਤੇ ਘੁੰਮਣਾ ਹੁਣ। ਹੁਣ ਐਕਚੁਅਲੀ ਗੱਲ ਇਸ ਤਰ੍ਹਾਂ ਵਾ, ਖਾਣਾ ਪੀਣਾ ਸੀਗਾ, ਉੱਠ ਕੇ ਖਾ ਪੀ ਲਿਆ, ਡਾਲਰ ਨੇ ਕਿਸੇ ਨੂੰ ਮਿਲਣਾ ਸੀਗਾ, ਉਹ ਵੀ ਮਿਲ ਲਿਆ, ਠੀਕ ਆ। ਅਤੇ ਹੁਣ ਜਾਣਾ ਪੂਲ ਟੇਬਲ ਖੇਡਣ, ਅਤੇ ਪੂਲ ਟੇਬਲ ਖੇਡਣ ਲਈ ਲੋਕੇਸ਼ਨ ਪਤਾ ਹੈਗਾ ਪਰ ਪੂਲ ਟੇਬਲ ਕੀ, ਚਲੋ ਫਿਰ ਵਹਾਂ ਪਰ ਚੱਲੇਂਗੇ। ਪਹਿਲੇ ਹਰੀ ਨਿਵਾਸ ਤੇ ਜਾਣਾ, ਉਧਰ ਗਿਆ ਵਹੀ ਜੋ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਚੇਅਰ ਗੋਲਡ ਵਾਲੀ ਔਰ ਵਿਊ ਵਗੈਰਾ। ਚੱਲ ਪੜਤੇ ਹਰੀ ਨਿਵਾਸ ਤੇ ਜੁੜੇ ਆਸੇ, ਜ਼ਿਆਦਾ ਦੂਰ ਤਾਂ ਨਹੀਂ ਹੈ, ਦੇਖ ਲੈਂਦੇ ਹਾਂ। ਸੋ ਗਾਈਸ, ਤੁਸੀਂ ਬਸ ਵਲੋਗ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ। ਯਾਰ ਵਲੋਗ ਛੋਟੇ ਵੀ ਹੋ ਸਕਦੇ ਆ, ਥੋੜ੍ਹੀ ਜਿਹੀ ਲੇਟ ਵੀ ਪੋਸਟ ਹੋ ਸਕਦੇ ਆ, ਸੋ ਪਲੀਜ਼ ਬੈਲ ਆਈਕਨ ਨੂੰ ਦਬਾ ਲਈਓ ਅਤੇ ਦੇਖ ਲਿਓ, ਠੀਕ ਹੈ। ਇੰਨਾ ਕਰ ਐਡਜਸਟਮੈਂਟ ਕਰ ਲਓ, ਕਿਉਂਕਿ ਤੁਹਾਨੂੰ ਪਤਾ ਵੈਸੇ ਮੇਰੀ ਸਿਮ ਵੀ ਬੰਦ ਆ, ਹੋਟਸਪੋਟ ਲੈ ਕੇ ਅਪਲੋਡ ਕਰਦਾ। ਸੋ ਫਿਲਹਾਲ ਜੰਮੂ ਯਾਰ ਵੈਰੀ ਬਿਊਟੀਫੁਲ ਯਾਰ, ਪਰ ਕਿਸੇ ਨੇ ਮੈਨੂੰ ਕ੍ਰਿਕਟ ਨਹੀਂ ਖਿਲਾਇਆ ਇੱਥੇ, ਆਈ ਹੇਟ ਯੂ। ਹਾਂ, ਜਾਂ ਫਿਰ ਹੋਟਲ ਚੱਲੇ, ਪਹਿਲੇ ਵਲੋਗ ਐਡਿਟ ਕਰ ਲੈਂਦੇ ਹਾਂ, ਚਲੋ ਇੱਦਾਂ ਕਰ ਲਓ। ਸੋ ਗਾਈਸ, ਪਹਿਲਾਂ ਆਪਾਂ ਚੱਲੇ ਹੋਟਲ, ਕਿਉਂਕਿ ਆਪਣੇ ਪਾਸ ਹੈ ਫੋਨ ਚਾਰਜ ਕਰਨਾ ਨਾ, ਕਿਉਂਕਿ ਬਸ ਟੈਂਕੀ ਆਪਾਂ ਫੁੱਲ ਕਰਾ ਲਈ ਹੈ। ਬਸ ਹੁਣ ਆਪਾਂ ਫਟਾਫਟ ਹੋਟਲ ਚੱਲੀਏ, ਵਲੋਗ ਐਡਿਟ ਕਰੀਏ, ਪੋਸਟ ਕਰੀਏ, ਦੈਨ ਉਸ ਤੋਂ ਬਾਅਦ ਆਪਾਂ ਸ਼ਾਮੀ ਨਿਕਲਦੇ ਹਾਂ, ਅਤੇ ਵਧੀਆ ਤਰੀਕੇ ਨਾਲ ਤੁਹਾਨੂੰ ਵੀ ਘੁਮਾਉਂਦੇ ਹਾਂ, ਮਤਲਬ ਜੰਮੂ ਵਾਲੇ ਤਾਂ ਘੁੰਮੇ ਹੀ ਹੈ, ਆਪਾਂ ਘੁੰਮ ਲਈਏ ਥੋੜ੍ਹਾ ਜਿਹਾ, ਹੈ ਨਾ। ਸੋ ਬਾਕੀ ਯਾਰ ਇੱਧਰ ਦੀ ਜਿਹੜੀ ਸੜਕਾਂ ਨਾ, ਮੈਂ ਸਕੂਟਰੀ ਚਲਾਉਂਦਾ ਵੇ, ਮੈਂ ਆਪੇ ਹੀ ਜਾਈ ਜਾਂਦੀ, ਆਪੇ ਹੀ ਜਾਈ ਜਾਂਦੀ, ਕਿੱਦਾਂ ਵਧੀਆ ਢਲਾਨ। ਸੋ ਮਿਲਦੇ ਆ ਤੁਹਾਨੂੰ ਸਿੱਧਾ ਘਰ ਜਾ ਕੇ, ਸੋਰੀ ਘਰ ਕਹਿੰਦਾ ਮੈਂ, ਹੋਟਲ ਜਾ ਕੇ। ਪਤਾ ਨੀ ਆਪਾਂ ਕਿੱਥੇ ਆ ਗਏ ਯਾਰ, ਹੋਟਲ ਜਾ ਰਹੇ ਨਾ, ਲੱਗਦਾ ਪਿਆ ਕਿ ਮੈਂ ਗਵਾਚ ਗਿਆ ਵਾ। ਗਾਈਸ ਯਾਰ, ਜੰਮੂ ਨਾ ਬਹੁਤ ਸੋਹਣਾ ਹੋ ਗਿਆ ਪਹਿਲੇ ਨਾਲੋਂ, ਮੈਂ ਪਹਿਲਾਂ ਵੀ ਜੰਮੂ ਆਇਆ ਹੋਇਆ ਵਾ, ਹਲੇ ਰੀਸੈਂਟਲੀ ਮੈਂ ਮਾਤਾ ਵੈਸ਼ਨੋ ਦੇਵੀ ਮੱਥਾ ਟੇਕਿਆ, ਬਹੁਤ ਜ਼ਿਆਦਾ ਵਧੀਆ ਵਾ। ਮਤਲਬ ਪਹਿਲਾਂ ਮੈਂ ਸਟੇਸ਼ਨ ਤੋਂ ਸਿੱਧਾ ਚੜ੍ਹਾਈ ਚੜ੍ਹੀ ਕੀਤੀ ਸੀ ਨਾ, ਅੱਜ ਮੈਂ ਘੁੰਮਣ ਡਿਆ ਵਾ ਜੰਮੂ ਦੇ ਵਿੱਚ, ਲਾਈਕ ਸੀਰੀਅਸਲੀ ਮਜ਼ਾ ਆ ਰਿਹਾ। ਅਤੇ ਬਾਕੀ ਕ੍ਰਿਕਟ ਮੈਂ ਅੱਜ ਨਹੀਂ ਖੇਡਿਆ, ਕੱਲ੍ਹ ਮੈਂ ਵਾਪਸ ਚੱਲ ਜਾਣਾ ਵਾ, ਮੇਰਾ ਸਪਨਾ ਹੀ ਰਹਿ ਗਿਆ ਯਾਰ। ਹੁਣ ਮੈਂ ਮੀਟਅਪ ਰੱਖਾਂਗਾ 3 ਲੱਖ ਸਬਸਕ੍ਰਾਈਬਰ ਦੇ, ਮੈਂ ਉਸ ਤੋਂ ਪਹਿਲਾਂ ਕੋਈ ਮੀਟਅਪ ਨਹੀਂ ਰੱਖਣਾ, ਫਿਲਹਾਲ ਇਹ ਹੋਟਲ ਅਗਰ ਕਿਸੇ ਨੇ ਮਿਲਣਾ ਤੇ ਆ ਜਿਓ, ਬਟ ਮੈਨੂੰ ਲੱਗਦਾ ਪਿਆ ਕਿਉਂਕਿ ਨਾ ਯਾਰ ਦੂਰ ਵੀ ਤਾਂ ਹੋਣਾ, ਕਾਫੀ ਦੂਰ ਹੈ, ਸੋ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫੇਰ, ਓਕੇ। ਅਤੇ ਬਾਕੀ ਦੂਰ ਹੈ, ਮੈਨੂੰ ਇੰਨਾ ਪਤਾ ਲੱਗ ਗਿਆ, ਕਿਉਂਕਿ ਆਪਾਂ ਹੁਣ ਮੈਂ ਸਿੱਧਾ ਸ਼ਹਿਰ ਤੋਂ ਹੀ ਆ ਰਿਹਾ ਹਾਂ, 25 ਕਿਲੋਮੀਟਰ ਆ ਘੱਟੋ ਘੱਟ ਇੱਥੋਂ ਦੀ, ਸੋ ਮੈਨੂੰ ਪਤਾ ਵਾ ਕੋਈ ਨਹੀਂ ਆ ਸਕਦਾ, ਅਗਰ ਕੋਈ ਆ ਸਕਦਾ ਫੋਰ ਸ਼ੋਰ ਆ ਜਾਇਓ, ਬਾਕੀ ਕੋਈ ਚੱਕਰ ਨਹੀਂ ਹੈਗਾ ਇੱਦਾਂ ਤਾਂ। ਆਪਾਂ ਜਿਹੜਾ ਕੰਮ ਕਰਨਾ ਇਹ ਸੀਗੀ, ਮਿਲਣਾ ਸੀਗਾ ਦੀਦੀ ਨੂੰ, ਅਤੇ ਆਪਾਂ ਮਿਲ ਲਿਆ ਵਾ, ਅਤੇ ਹੁਣ ਇੱਧਰ ਹੋਟਲ 'ਚ ਜਾਵਾਂ ਮੈਂ, ਫਟਾਫਟ ਜਾ ਕੇ ਵਲੋਗ ਐਡਿਟ ਕਰਾਂ, ਅਤੇ ਇਹ ਵੀ ਵਲੋਗ ਪੋਸਟ ਕਰਨਾ, ਫਿਰ ਰਾਤੀ ਬਾਹਰ ਵੀ ਜਾਣਾ ਵਾ, ਸੋ ਹਜੇ ਇੱਕ ਹੋਰ ਵਲੋਗ ਬਣਾਉਣਾ, ਸੋ ਇੰਨੀ ਕੁ ਮਜਬੂਰੀ ਮੇਰੀ ਸਮਝੋ, ਸਿੱਧਾ ਸਾਨੂੰ ਰੂਮ 'ਚ ਜਾ ਕੇ ਮਿਲਦੇ ਹਾਂ। ਸੋ ਗਾਈਜ਼, ਫਾਈਨਲੀ ਆਪਾਂ ਰੂਮ 'ਚ ਆ ਗਏ ਸੀਗੇ, ਅਤੇ ਹੁਣ ਇੱਥੇ ਆਪਾਂ ਦੇਖਿਆ ਕਿ 10 ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ ਹੀ ਖੁੱਲ੍ਹਾ ਹੁੰਦਾ ਵਾ, ਅਤੇ ਟਾਈਮ ਇਸ ਟਾਈਮ 8:10 ਹੋ ਗਿਆ, ਵਲੋਗ ਅਜੇ ਅਪਲੋਡ ਹੁੰਦਾ ਪਿਆ। ਆਪਾਂ ਜੇ ਹੁਣ ਗਏ ਫਿਰ ਕੰਮ 4 ਮਿੰਟ ਦਾ ਰਸਤਾ ਬਾਈ, ਅਪਲੋਡ ਹੀ ਹੁੰਦੇ ਤੇ ਵਲੋਗ ਯਾਰ, ਉਹ ਇੰਨਾ ਦਲ ਬਦਲੂ ਹੋਣਾ, ਹੁਣੇ ਮੈਨੂੰ ਕਹਿੰਦਾ ਵੀ ਚੱਲ 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 ਚੱਲਣੇ ਲਈ, ਇਸ ਲਈ ਕਹਿ ਰਹਾ ਹਾਂ, ਦੇਖੋ ਚੱਲ ਜਾਏਂਗੇ, ਬੈਟ ਮਾਰ ਜਾਏਂਗੇ, ਬੋਲੇ ਖੇਲੇਂਗੇ, ਕਿਆ ਪਤਾ ਵੀਡੀਓ ਕੁਛ ਨਾ ਹੋ, ਤਾਂ ਵੀ ਕਹਿ ਰਹਾ ਹਾਂ, ਚੱਲ ਚੱਲੀਏ। ਸੋ ਗਾਈਜ਼, ਵਨ ਹੌਟਸਪੌਟ ਪਕੜੋ, ਇਹ ਕੰਮ ਕਰੋ, ਹੌਟਸਪੌਟ ਤੇ ਅਪਲੋਡ ਕਰਵਾ ਦੇ ਯਾਰ ਵਲੌਗ, ਹੌਟਸਪੌਟ ਕਨੈਕਟ ਕਰੋ। ਸੋ ਗਾਈਜ਼, ਇਹ ਵਾਲਾ ਵਲੌਗ ਹੁਣ ਮੈਨੂੰ ਨਹੀਂ ਪਤਾ ਰਾਤ ਨੂੰ ਪਊਗਾ ਜਾਂ ਸਵੇਰੇ ਪਊਗਾ, ਪਰ ਜਦੋਂ ਵੀ ਪਊਗਾ ਦੇਖ ਲਿਓ, ਤੇ ਆਪਾਂ ਚੱਲੀਏ ਹੁਣ ਫਟਾਫਟ ਕੈਫੇ।
ਸੋ ਗਾਇਸ ਫਾਈਨਲੀ ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਹਾਂ। ਪਤਾ ਨਹੀਂ ਕਿਹੜੀ ਕਿਹੜੀਆਂ ਗਲੀਆਂ ਦੇ ਵਿੱਚੋਂ ਦੀ ਆਟੋ ਟਿੱਕੇ ਰੱਖ ਨੂੰ ਘੁੰਮ ਰਹੇ ਆ। ਗੁੱਡ ਵਾਈਬ ਓਨਲੀ, ਬਿਲਕੁਲ ਯਾਰ ਗੁੱਡ ਵਾਈਬ ਵੀ ਚਾਹੀਦੀ। ਤੂੰ ਕਿੱਥੇ ਲੈ ਕੇ ਜਾਂਦਾ ਮੈਂ ਅੰਦਰ? ਪੂਲ ਟੇਬਲ ਲੱਗਾ ਹੋਇਆ ਵਾ। ਇਹ ਬੜਾ ਵਾਲਾ ਖੇਲਣਾ ਹੈ? ਹਾਂ ਬੜਾ ਹੀ ਖੇਲਣਾ, ਬੜਾ ਵਾਲਾ ਖੇਲੇਗਾ ਭਈਆ। ਲਾਈਟ ਆਨ ਕਰਨਾ ਬਾਈ। ਗਾਇਸ ਜੰਮੂ ਆ ਕੇ ਵੀ ਆਪਾਂ ਸਭ ਤੋਂ ਪਹਿਲਾਂ ਤੇ ਪੂਲ ਟੇਬਲ ਖੇਡਣ ਲੱਗੇ। ਦੇਖੋ ਇਹ ਵੱਡਾ ਟੇਬਲ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਖੇਡਣ ਲੱਗਾ ਵਾਂ, ਤੇ ਡੋਲਰ ਤੇ ਇਹਦੇ ਵਿੱਚ ਬਾਦਸ਼ਾਹ ਵਾ। ਠੀਕ ਆ, ਛੋਟੇ ਟੇਬਲ 'ਚ ਭਾਵਾਂ ਉਹ ਮੇਰੇ ਕੋਲ ਹਾਰ ਜਾਂਦਾ ਵਾ, ਪਰ ਵੱਡੇ ਟੇਬਲ 'ਚ ਵੀ ਅੱਜ ਹਾਰੂਗਾ। ਮੈਨੂੰ ਨਹੀਂ ਪਤਾ ਗੇਮ ਖੇਲਣੀ ਕਿੱਦਾਂ ਯਾਰ, ਮੈਨੂੰ ਦੱਸ। ਇਹ ਉੱਤੇ ਦੋ, ਇਹ ਦੋ ਨੰਬਰ, ਹਾਂ 3 4 5 10 6 7। ਓਕੇ, ਜੈਸੇ ਨੰਬਰ ਆਪ 100 ਕੋਇਨ ਖੇਲਦੇ ਆ, ਹਾਂ, ਤੇ ਜੋ ਪਹਿਲੇ 100 ਬਣਾ ਗਿਆ। ਆਪਨੇ ਬਲੈਕ ਮਾਰੀ, ਬਲੈਕ ਫੋਰ ਦੇ ਸਾਥ ਇਹ ਮਾਰੀ। अच्छा, खेलना वाइट के साथ है। हाँ, पोर्ट करने के बाद बॉल फिर से रख देनी है। रेड मारी, हाँ, और रेड नहीं गई, हाँ, तो उसमें -10, और इसमें अगर फाउल आया तो -4, 0 है तो -4 पे जाओ। अच्छा, तो अभी मैं खेलना शुरू करूँ? हाँ, ब्लू से मारनी पहले। ओके, जहाँ पर मर्जी रखो। नहीं नहीं नहीं, सर्कल के अंदर है ये सर्कल। मारनी पिंक, ब्लू, जो ब्लू ही वाले। ओके, पकड़। अभी पहली शॉट लेंगे। पहली शॉट बाई लेन लगा। अगर रेड चली गई तो फिर तो ओके 10 हो जाएगा, बट अगर नहीं हुई तो फिर समझ लेना। ये ਦੇਖੋ ਕੁਛ ਨੀ ਹੋਇਆ, ਬਚ ਗਈ ਸ਼ਾਟ ਯਾਰ। ਕਿਉਂ ਗਏ ਯਾਰ ਵਹੀਂ ਪੇ ਸੈਂਟਰ ਮੇ? ਚਲੋ ਕਿਸ ਨੇ ਆ ਜਾਣਾ ਭਾਈ। ਓਕੇ ਹੋ ਗਿਆ, 7 5 12 ਪਕੜੋ। 12 ਪੁਆਇੰਟ ਗਾਈਸ, ਓਏ ਤੀਜੀ ਵਾਰੀ 'ਚ 12 ਪੁਆਇੰਟ ਕਰਦੇ ਪਏ ਯਾਰ, ਕਿੱਦਾਂ ਗਲਤ ਹੋ ਗਿਆ। ਡਾਲੋ ਖੇਲ ਕੇ ਡਰਦਾ ਕਾਹਤੋਂ ਪਿਆ। ਸ਼ਾਟ ਨਹੀਂ ਵਜਾ ਗਾਈਸ। ਇੱਕ ਵਾਰੀ ਨਾ ਮੈਂ ਸਾਰਾ ਇੱਧਰੋਂ ਦੀ ਦਿਖਾ ਦਿੰਦਾ ਤੁਹਾਨੂੰ। ਸੋ ਗਾਈਸ, ਜਗ੍ਹਾ ਤਾਂ ਬਹੁਤ ਵਧੀਆ, ਫਾੜੀ ਜਿਹੜਾ ਡਾਲਰ। ਇੱਕ ਹੋਰ ਸ਼ਾਟ, ਡਾਲਰ ਦੀ ਵਾਰੀ। ਦੇਖੋ ਕੀ ਗੋਲ ਗਲਾਉਂਦਾ। ਸੋ ਗਾਈਸ, ਇੱਕ ਫੈਮਿਲੀ ਮੈਨੂੰ ਮਿਲਣ ਆਈ। ਥੈਂਕ ਯੂ ਸੋ ਮਚ ਤੁਹਾਡਾ। ਤੇ ਤੁਸੀਂ ਹੁਣ ਇੰਸਟਾਗ੍ਰਾਮ ਦੀ ਸਟੋਰੀ ਦੇਖੀ ਹੈ ਨਾ? ਜੀ ਜੀ, ਨਹੀਂ ਨਹੀਂ, ਮੈਂ ਮੈਸੇਜ ਮੁਸਲਿਮ ਫੈਮਿਲੀ ਸੀ, ਬਹੁਤ ਵਧੀਆ ਲੱਗਾ ਉਹਨਾਂ ਨਾਲ ਮਿਲ ਕੇ। ਤੇ ਨਹੀਂ ਹੋਈ ਪੋਰਟ ਬਾਈ, ਨਹੀਂ ਹੋਈ, ਗ੍ਰੀਨ ਹੋਏਗੀ ਪੋਰਟ ਅਭੀ, ਦੇਖਣਾ ਮੈਂ ਨਾਲ ਨਾਲ ਗੱਲਾਂ। ਗਾਈਸ ਸਕੋਰ ਚੱਲ ਰਿਹਾ ਹੈ -12, ਤੇ ਮੇਰਾ ਸਕੋਰ ਹੈ -12 ਬ్రో। ਯੈਲੋ ਪੋਰਟ ਨਹੀਂ ਕਰੀ? ਹਾਂ, ਤਾਂ -14 ਥਾ ਨਾ, 2 ਪੁਆਇੰਟ। ਠੀਕ ਓ ਯਾਰ, ਸੋ ਛੋੜ ਦੋ, ਪਕੜੋ ਸ਼ਾਟ ਦੇ ਫਰ। ਬਹੁਤ ਜ਼ਿਆਦਾ ਵਧੀਆ ਲੱਗਾ ਯਾਰ ਮਿਲ ਕੇ। ਮੁਸਲਿਮ ਫੈਮਿਲੀ ਸੀ, ਬਹੁਤ ਵਧੀਆ ਫੈਮਿਲੀ ਸੀ, ਤੇ ਉਹਨਾਂ ਨੂੰ ਰੋਜ਼ਾ ਮੁਬਾਰਕ। ਤੇ ਹੋਰ ਵੀ ਜਿੰਨੀ ਵੀ ਮੁਸਲਿਮ ਫੈਮਿਲੀ ਮੈਨੂੰ ਦੇਖਦੀ ਹੈ ਪਾਕਿਸਤਾਨ ਤੋਂ ਦੇਖਦੀ ਹੈ, ਤੇ ਅੱਲਾਹ ਤਾਲਾ ਤੁਹਾਡੇ ਸਾਰਿਆਂ ਤੇ ਮਿਹਰ ਕਰੇ ਯਾਰ, ਇੱਦਾਂ ਹੀ ਪਿਆਰ ਕਰਦੇ ਰਹੋ। ਤੇ ਬਾਕੀ ਹੁਣ ਪੂਲ ਟੇਬਲ ਕਾਫੀ ਵਧੀਆ ਚੱਲਦਾ ਪਿਆ, ਮੈਂ -12 ਤੇ ਹਾਂ।
ਪਲੱਸ 18 ਕੌਣ ਹਾਂ ਠੀਕ ਆ 10 ਮਾਰਦੀ ਹੈ ਨਾ। ਸੋ ਗਾਈਸ ਹਾਰ ਜਿੱਤ ਤੁਹਾਨੂੰ ਦੱਸਾਂਗੇ ਬਾਅਦ ਚੋਂ, ਸੋ ਮਿਲਦਾ ਥੋੜ੍ਹੀ ਦੇਰ ਬਾਅਦ ਅਤੇ ਇੱਦਾਂ ਹੀ ਪਿਆਰ ਕਰਦਾ ਰਹੋ। ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਾ ਮਿਲ ਕੇ। ਇਹ ਵੀ ਕਰ ਦੋ ਸਾਈਡ ਕੀ ਪਾਉਂਦਾ ਨਹੀਂ ਪਿਆ ਸੀ ਕਮਾ ਉਹਦੇ ਵਿੱਚ ਗਿਆ ਤੇ ਵਲੌਗ ਜਿਹੜੇ ਕੱਲ ਦੇ ਸੀਗੇ ਨਾ ਉਹ ਅੱਜ ਪੈ ਰਹੇ ਆ ਵਲੌਗ ਦੀ। ਹੁਣ ਜਿਹੜੀ ਤਾਂ ਹੋਟਲ ਦੀ ਸਕਰੀਨਸ਼ਾਟ ਲਿੱਤਾ ਫਿਰ ਮੋਲ ਲਿੱਤਾ, ਮੈਂ ਕਿਹਾ ਚਲੋ ਹੋਟਲ ਚੱਲਦੇ ਆ ਦੇਖੇ। ਹੋਟਲ ਹੁਣੇ ਨਿਕਲਿਆ ਸੀਗਾ ਮੈਂ ਹੋਟਲ ਤੋਂ, ਹੁਣ ਵਾਪਸ ਜਾਣਾ ਤੁਸੀਂ ਕੱਲ ਹੋਟਲ ਜਾਣ ਕੱਲ ਜਾਣ ਅੱਜ ਕੱਲ ਨੂੰ ਜੇ ਕੋਈ ਵੀ ਪ੍ਰੋਬਲਮ ਹੋਵੇ ਮੈਨੂੰ ਕਾਲ ਕਰ ਲਿਆ ਕਰੋ, ਸਾਡੇ ਭਰਾ ਆ ਜੀ ਜੀ ਮੈਂ ਜੀ ਜੀ। ਸੋ ਗਾਇਸ ਦੇਖੋ ਇੱਕ ਹੋਰ ਫੈਮਿਲੀ ਮਿਲਣ ਆਏ ਸਾਨੂੰ। ਕਿਧਰ ਆਪਣੀ ਦਿਲ ਕਿਧਰ ਆਈ ਹੈ, ਕਿੰਨੀ ਦੇਰ ਹੋ ਗਈ ਬਾਹਰ ਖੜੇ ਨੇ ਪੁਲਿਸ ਕਹਿੰਦੇ ਸਟ੍ਰਿਕਟ ਬਹੁਤ ਹੈ ਇੱਥੇ ਦੀ ਤੇ ਆਪਾਂ ਆਏ ਵੀ ਬਾਹਰੋਂ ਆ ਤੇ ਐਕਟਿਵਾ ਵੀ ਸਾਡੀ ਫਰੈਂਡ ਦੀ ਹੈ, ਸੋ ਤਾਂ ਕਰਕੇ ਆਪਾਂ ਸੋਚਿਆ ਕਿ ਆਪਾਂ ਹੋਟਲ ਹੀ ਚੱਲ ਜਾਂਦੇ ਹਾਂ ਤੇ ਹੁਣ ਬਸ ਸਿੱਧਾ ਤੁਹਾਨੂੰ ਹੋਟਲ ਜਾ ਕੇ ਮਿਲਦੇ ਹਾਂ। ਗਾਈਸ ਜਿੱਦਾਂ ਕਿ ਤੁਹਾਨੂੰ ਪਤਾ ਰਾਤ ਦਾ ਵਲੋਗ ਇੰਨਾ ਹੀ ਹੁੰਦਾ ਵਾ, ਸੋ ਮੈਂ ਇਸ ਵਲੋਗ ਨੂੰ ਇੱਥੇ ਹੀ ਐਂਡ ਕਰਦਾ ਪਿਆ, ਅਗਲਾ ਵਲੋਗ ਆਪਾਂ ਸ਼ੁਰੂ ਕਰ ਲੈਂਗੇ ਹੁਣੇ। ਸੋ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ, ਬਾਏ ਬਾਏ, ਟੇਕ ਕੇ, ਲਵ ਯੂ। ਤੇ ਬਾਕੀ ਯਾਰ ਬਹੁਤ ਸਾਰਾ ਪਿਆਰ ਤੁਹਾਨੂੰ ਸਾਰਿਆਂ ਨੂੰ, ਧਿਆਨ ਰੱਖੋ ਆਪਣਾ, ਬਾਏ। ਲੋਕ ਨਏ ਹੋ ਤੋ ਸਬਸਕ੍ਰਾਈਬ ਕਰੋ, ਉਹ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਅਬ ਮੈਂ ਵੀ ਜਾ ਰਹਾ ਹੂੰ, ਮੁਝੇ ਪੈਸੋ ਕੇ ਪੀਛੇ ਭਾਗਨਾ ਹੈ, ਬਾਏ।